ਜਿਵੇਂ ਕਿ ਦੇਖਿਆ ਗਿਆ ਕੱਲ ਦੀ ਬਾਰਿਸ਼ ਨਾਲ, ਘੰਟਾ ਡੇਢ ਘੰਟੇ ਦੀ ਬਾਰਿਸ਼ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਉਠਾਉਣੀ ਪਈ, ਜਿਹਦੇ ਕਰਕੇ ਕਿ ਕਈ ਬੱਚੇ ਪਹਿਲੇ ਸਕੂਲੋਂ ਆ ਰਹੇ ਸੀ, ਉਹਨਾਂ ਕੋਲ ਨੰਗਿਆ ਨਹੀਂ ਜਾ ਰਿਹਾ ਸੀ, ਕਈ ਦੁਕਾਨਾਂ ਦੇ ਵਿੱਚ ਪਾਣੀ ਚਲਾ ਗਿਆ, ਆਮ ਲੋਕਾਂ ਘਰਾਂ ਦੇ ਵਿੱਚ ਪਾਣੀ ਦੇਖਣ ਨੂੰ ਮਿਲਿਆ। ਠੀਕ ਹੈ, ਇਸ ਲਈ ਮੈਂ ਪ੍ਰਸ਼ਾਸਨ ਨੂੰ ਮੰਗ ਕਰਨਾ ਚਾਹੁੰਦਾ ਵਾਂ ਕਿ ਇਸ ਲਈ ਕੋਈ ਨਾ ਕੋਈ ਪੁਖਤਾ ਇੰਤਜ਼ਾਮ ਕੀਤਾ ਜਾਵੇ, ਜਿਹਦੇ ਨਾਲ ਕਿ ਬਾਰਿਸ਼ ਦਾ ਪਾਣੀ ਆਉਂਦਿਆਂ ਸਾਰ ਹੀ ਬਿਲਕੁਲ ਨਿਕਾਸੀ ਜਿਹੜਾ ਕਿ ਨਿਕਲ ਜਾਵੇ, ਤਾਂ ਕਿ ਇਲਾਕਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਘੋੜੇ ਪਾਣੀ ਪਾਣੀ ਪੈਣ